ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਲਰਨ ਵਿਦ ਹਰਪ੍ਰੀਤ। ਸੋ ਸਾਡਾ ਅੱਜ ਦਾ ਟੋਪਿਕ ਹੈ ਰੀਅਲ ਨੰਬਰਸ। ਰੀਅਲ ਨੰਬਰਸ ਨੂੰ ਪੜ੍ਹਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਕੁਝ ਬੇਸਿਕ ਟਰਮਸ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਨੈਚੁਰਲ ਨੰਬਰ। ਨੈਚੁਰਲ ਨੰਬਰ ਕੀ ਹੁੰਦੇ ਹਨ? ਨੈਚੁਰਲ ਨੰਬਰ ਉਹ ਨੰਬਰ ਹਨ ਜਿਹੜੇ ਕਿਤੇ ਤੋਂ ਸਟਾਰਟ ਹੁੰਦੇ ਆ, ਸਟਾਰਟਿੰਗ ਫਰੋਮ ਵਨ। ਕਿਤੇ ਤੋਂ ਸਟਾਰਟ ਹੁੰਦੇ ਆ? ਵਨ ਤੋਂ ਸਟਾਰਟ ਹੁੰਦੇ ਆ। ਸੋ ਔਨ, ਵਨ ਟੂ ਥ੍ਰੀ ਫੋਰ ਅਪ ਟੂ ਸੋ ਔਨ, ਇਨਫਾਈਨਾਈਟ ਤੱਕ ਜਾਂਦੇ ਨੇ ਨੰਬਰ, ਬਟ ਉਹਨਾਂ ਦਾ ਸਟਾਰਟਿੰਗ ਪੁਆਇੰਟ ਕੀ ਆ? ਵਨ। ਸੈਕਿੰਡ ਹੈ ਤੁਹਾਡਾ ਹੋਲ ਨੰਬਰ। ਹੋਲ ਨੰਬਰ ਉਹ ਨੰਬਰ ਹੈ ਜਿਹੜੇ ਕਿਤੋਂ ਸਟਾਰਟ ਹੁੰਦੇ ਆ? ਜ਼ੀਰੋ ਤੋਂ, ਸਟਾਰਟਿੰਗ ਫਰੋਮ ਜ਼ੀਰੋ, ਵਨ ਟੂ ਅਪ ਟੂ ਸੋ ਔਨ। ਨੈਕਸਟ ਸਾਡਾ ਆ ਇੰਟੀਜਰਸ। ਇੰਟੀਜਰਸ ਕੀ ਹੁੰਦੇ ਆ? ਇੰਟੀਜਰਸ ਨੂੰ ਪੜ੍ਹਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਨੰਬਰ ਲਾਈਨ ਦਾ ਪਤਾ ਹੋਣਾ ਚਾਹੀਦਾ ਹੈ। ਨੰਬਰ ਲਾਈਨ ਅਸੀਂ ਡਰਾ ਕਰ ਲਾਂਗੇ। ਜ਼ੀਰੋ, ਇੱਧਰ ਵਾਲੇ ਸਾਰੇ ਪੋਜ਼ੀਟਿਵ, ਇੱਧਰ ਵਾਲੇ ਸਾਰੇ ਨੈਗੇਟਿਵ। ਜ਼ੀਰੋ ਨਾ ਤਾਂ ਪੋਜ਼ੀਟਿਵ ਇੰਟੀਜ਼ਰ ਹੁੰਦਾ ਹੈ ਅਤੇ ਨਾ ਹੀ ਨੈਗੇਟਿਵ ਇੰਟੀਜ਼ਰ ਹੁੰਦਾ। ਜ਼ੀਰੋ ਇੱਕ ਕੀ ਹੈ? ਨੋਰਮਲ ਜ਼ੀਰੋ ਨੰਬਰ ਹੈ। ਨਾ ਤਾਂ ਇਹ ਪੋਜ਼ੀਟਿਵ ਵੈਲਿਊ 'ਚ ਕਾਊਂਟ ਹੁੰਦਾ ਅਤੇ ਨਾ ਹੀ ਇਹ ਨੈਗੇਟਿਵ ਵੈਲਿਊ 'ਚ ਕਾਊਂਟ ਹੁੰਦਾ। ਇੱਧਰ ਵਾਲੀਆਂ ਸਾਰੀਆਂ ਵੈਲਿਊਜ਼ ਕੀ ਹੁੰਦੀਆਂ? ਨੈਗੇਟਿਵ। ਅਤੇ ਇੱਧਰ ਵਾਲੀਆਂ ਸਾਰੀਆਂ ਵੈਲਿਊਜ਼ ਕੀ ਹੁੰਦੀਆਂ? ਪੋਜ਼ੀਟਿਵ। ਮਤਲਬ ਰਾਈਟ ਹੈਂਡ ਸਾਈਡ 'ਤੇ ਸਾਰੀਆਂ ਵੈਲਿਊਜ਼ ਕੀ ਹੁੰਦੀਆਂ? ਪੋਜ਼ੀਟਿਵ। ਲੈਫਟ ਹੈਂਡ ਸਾਈਡ 'ਤੇ ਸਾਰੀਆਂ ਵੈਲਿਊਜ਼ ਕੀ ਹੁੰਦੀਆਂ? ਨੈਗੇਟਿਵ। ਜਿੰਨੇ ਵੀ ਪੋਜ਼ੀਟਿਵ ਇੱਧਰ ਨੂੰ ਜਾਂਦੀਆਂ ਵੈਲਿਊਜ਼ ਕੀ ਕਰਦੀਆਂ? ਇਨਕਰੀਜ਼ ਕਰੀ ਜਾਂਦੀਆਂ। ਜਿਉਂ ਜਿਉਂ ਅਸੀਂ ਰਾਈਟ ਹੈਂਡ ਸਾਈਡ ਨੂੰ ਜਾਈ ਜਾਂਦੇ ਹਾਂ, ਵੈਲਿਊਜ਼ ਕੀ ਕਰਦੀਆਂ ਜਾਂਦੀਆਂ? ਇਨਕਰੀਜ਼ ਕਰਦੀਆਂ ਜਾਂਦੀਆਂ। ਅਤੇ ਜਿਉਂ ਜਿਉਂ ਅਸੀਂ ਲੈਫਟ ਹੈਂਡ ਸਾਈਡ ਨੂੰ ਜਾਈ ਜਾਂਦੇ ਹਾਂ ਤਾਂ ਸਾਡੀਆਂ ਵੈਲਿਊਜ਼ ਕੀ ਕਰਦੀਆਂ ਜਾਂਦੀਆਂ? ਡਿਕਰੀਜ਼ ਕਰਦੀਆਂ ਜਾਂਦੀਆਂ। ਨੈਕਸਟ ਸਾਡਾ ਟੋਪਿਕ ਹੈ, ਨੈਕਸਟ ਸਾਡਾ ਟਰਮ ਹੈ ਰੈਸ਼ਨਲ ਨੰਬਰ। ਰੈਸ਼ਨਲ ਨੰਬਰ ਕਿਹੜੇ ਨੰਬਰ ਹੁੰਦੇ ਹਨ? ਰੈਸ਼ਨਲ ਨੰਬਰ ਉਹ ਨੰਬਰ ਹਨ ਜਿਹੜੇ ਵਿਚ ਆਰ ਰਿਟਨ ਇਨ ਪੀ ਬਾਈ ਕਿਊ ਫੋਰਮ। ਉਹ ਨੰਬਰ ਜਿਹਨਾਂ ਨੂੰ ਅਸੀਂ ਪੀ ਬਾਈ ਕਿਊ ਫੋਰਮ ਦੇ ਵਿੱਚ ਲਿਖ ਸਕਦੇ ਹਾਂ। ਅਤੇ ਪੀ ਅਤੇ ਕਿਊ ਦੋਨੋਂ ਵੈਲਿਊਜ਼ ਕਿਹਨੂੰ ਬਿਲੋਂਗ ਕਰਨੀਆਂ ਚਾਹੀਦੀਆਂ? ਇੰਟੀਜਰਸ ਨੂੰ ਬਿਲੋਂਗ ਕਰਨੀਆਂ ਚਾਹੀਦੀਆਂ ਹਨ। ਪੀ ਬਾਈ ਕਿਊ ਫੋਰਮ ਕਿਵੇਂ? ਜਦੋਂ ਅਸੀਂ ਜ਼ੀਰੋ ਨੂੰ ਲਿਖਦੇ ਹਾਂ, ਕੀ ਜ਼ੀਰੋ ਇੱਕ ਰੈਸ਼ਨਲ ਨੰਬਰ ਹੈ? ਹਾਂ, ਜ਼ੀਰੋ ਇੱਕ ਰੈਸ਼ਨਲ ਨੰਬਰ ਹੈ। ਕਿਉਂ? ਕਿਉਂਕਿ ਅਸੀਂ ਜ਼ੀਰੋ ਨੂੰ ਜ਼ੀਰੋ ਅਪੋਨ ਵਨ ਫੋਰਮ ਦੇ ਵਿੱਚ ਲਿਖ ਸਕਦੇ ਹਾਂ। ਜ਼ੀਰੋ ਅਪੋਨ ਵਨ ਮਤਲਬ ਪੀ ਬਾਏ ਕਿਊ ਫੋਰਮ ਦੇ ਵਿੱਚ। ਸਾਨੂੰ ਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਦੇ ਵਿੱਚ ਇਹ ਕਿਹਾ ਹੋਇਆ ਕਿ ਨੰਬਰ ਜਿਹਨਾਂ ਨੂੰ ਅਸੀਂ ਪੀ ਬਾਏ ਕਿਊ ਫੋਰਮ ਦੇ ਵਿੱਚ ਲਿਖ ਸਕਦੇ ਹਾਂ, ਅਤੇ ਪੀ ਅਤੇ ਕਿਊ ਕਿਹਨੂੰ ਬਿਲੋਂਗਸ ਕਰਨੇ ਚਾਹੀਦੇ ਆ? ਇੰਟੀਜਰ। ਕਿ ਜਿਹੜੀ ਪੀ ਅਤੇ ਕਿਊ ਵੈਲਿਊ ਲੈਣੀ ਆ ਉਹ ਕਿਹੜੀ ਹੋਣੀ ਚਾਹੀਦੀ ਹੈ? ਇੰਟੀਜਰ ਵੈਲਿਊ ਹੋਣੀ ਚਾਹੀਦੀ ਹੈ। ਜ਼ੀਰੋ ਵੀ ਇੱਕ ਇੰਟੀਜਰ ਹੈ ਅਤੇ ਵਨ ਵੀ ਇੱਕ ਇੰਟੀਜਰ ਹੈ, ਬਟ ਇੱਕ ਕੰਡੀਸ਼ਨ ਹੈ ਕਿ ਜਿਹੜਾ ਡਿਨੋਮੀਨੇਟਰ ਆ ਡਿਨੋਮੀਨੇਟਰ ਜ਼ੀਰੋ ਨਹੀਂ ਹੋਣਾ ਚਾਹੀਦਾ। ਜ਼ੀਰੋ ਪੋਨ ਵਨ ਦਾ ਮਤਲਬ ਉੱਪਰ ਵਾਲੀ ਟਰਮ ਨੂੰ ਅਸੀਂ ਕੀ ਬੋਲਦੇ ਹਾਂ? ਨਿਊਮੀਨੇਟਰ। ਅਤੇ ਨੀਚੇ ਵਾਲੀ ਟਰਮ ਨੂੰ ਅਸੀਂ ਕੀ ਬੋਲਦੇ ਹਾਂ? ਡਿਨੋਮੀਨੇਟਰ। ਅਤੇ ਡਿਨੋਮੀਨੇਟਰ ਦੀ ਵੈਲਿਊ ਜ਼ੀਰੋ ਨਹੀਂ ਹੋਣੀ ਚਾਹੀਦੀ। ਇਸ ਲਈ ਜ਼ੀਰੋ ਵੀ ਇੱਕ ਹੀ ਹੈ, ਰੈਸ਼ਨਲ ਨੰਬਰ ਹੈ, ਕਿਉਂਕਿ ਜ਼ੀਰੋ ਨੂੰ ਅਸੀਂ ਜ਼ੀਰੋ ਪੋਨ ਵਨ ਵੀ ਤਾਂ ਜ਼ੀਰੋ ਹੀ ਕਾਊਂਟ ਹੋਊਗਾ, ਇਸ ਲਈ ਜ਼ੀਰੋ ਪੋਨ ਵਨ ਜ਼ੀਰੋ ਵੀ ਕੀ ਇੱਕ ਰੈਸ਼ਨਲ ਨੰਬਰ ਹੈ। ਇਸੇ ਤਰ੍ਹਾਂ ਵਨ ਨੂੰ ਲਿਖਾਂਗੇ, ਵਨ ਪੋਨ ਵਨ ਪੀ ਬਾਈ ਕਿਊ ਫੋਰਮ ਬਣ ਗਈ, ਅਤੇ ਕੰਡੀਸ਼ਨ ਇਹ ਵੀ ਹੋਲਡ ਕਰ ਗਈ ਕਿ ਜਿਹੜੀ ਨੀਚੇ ਵਾਲੀ ਵੈਲਿਊ ਯਾਨੀ ਕਿ ਕਿਊ ਨੋਟ ਇਕੁਅਲ ਟੂ ਜ਼ੀਰੋ ਵੀ ਹੈ। ਇਸੇ ਤਰ੍ਹਾਂ ਸੋ ਔਨ ਕਰਦੇ ਕਰਦੇ ਜਿੱਦਾਂ ਅਸੀਂ ਸਾਰੇ ਇੰਟੀਜ਼ਰ ਲੈ ਲਾਂਗੇ, ਜਿੰਨੇ ਵੀ ਇੰਟੀਜ਼ਰ ਵੈਲਿਊ ਉਹਨਾਂ ਨੂੰ ਲੈ ਲਾਂਗੇ, ਸਾਰੇ ਦੇ ਸਾਰੇ ਕੀ ਬਣ ਜਾਣਗੇ? ਸਾਡੇ ਰੈਸ਼ਨਲ ਨੰਬਰ। ਚਾਹੇ ਮਾਈਨਸ ਵਨ ਲੈ ਲਓ, ਮਾਈਨਸ ਟੂ ਲੈ ਲਓ, ਕਿਉਂਕਿ ਇਹਨਾਂ ਸਾਰਿਆਂ ਦੇ ਥੱਲੇ ਅਸੀਂ ਵਨ ਵਨ ਲਿਖ ਕੇ ਇਹਨਾਂ ਨੂੰ ਪੀ ਬਾਈ ਕਿਊ ਫੋਰਮ ਬਣਾ ਦਾਂਗੇ, ਅਤੇ ਜਿੰਨੇ ਵੀ ਨੰਬਰ ਹੈ ਜਿਨ੍ਹਾਂ ਨੂੰ ਅਸੀਂ ਪੀ ਬਾਈ ਕਿਊ ਫੋਰਮ ਦੇ ਵਿੱਚ ਲਿਖ ਸਕਦੇ ਹਾਂ ਉਹ ਸਾਰੇ ਦੇ ਸਾਰੇ ਕੀ ਹੁੰਦੇ ਆ? ਰੈਸ਼ਨਲ ਨੰਬਰ ਹੁੰਦੇ ਆ। ਨੈਕਸਟ ਹੈ ਸਾਡਾ ਇਰਰੈਸ਼ਨਲ ਨੰਬਰ। ਇਰਰੈਸ਼ਨਲ ਨੰਬਰ ਇਹਦੇ ਓਪੋਜ਼ਿਟ ਹੋ ਗਏ। ਜਿਹੜੇ ਨੰਬਰਸ ਨੂੰ ਅਸੀਂ ਪੀ ਬਾਈ ਕਿਊ ਫੋਰਮ ਦੇ ਵਿੱਚ ਨਹੀਂ ਲਿਖ ਸਕਦੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਇਰਰੈਸ਼ਨਲ ਨੰਬਰ। ਯਾਨੀ ਕਿ ਜਿੰਨੀਆਂ ਵੀ ਸਾਡੀਆਂ ਸਕੇਅਰ ਰੂਟਸ ਵਾਲੀਆਂ ਟਰਮ ਹੁੰਦੀਆਂ, ਜਿੰਨੀਆਂ ਵੀ ਸਾਡੀਆਂ ਰੂਟ ਵਾਲੀਆਂ ਟਰਮ ਹੁੰਦੀਆਂ, ਰੂਟ ਟੂ, ਰੂਟ ਥ੍ਰੀ, ਰੂਟ ਫਾਈਵ, ਰੂਟ ਸੈਵਨ, ਜਿੰਨੀਆਂ ਵੀ ਰੂਟਸ ਵਾਲੀਆਂ ਟਰਮਸ ਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕੀ ਬੋਲਦੇ ਹਾਂ? ਇਰਰੈਸ਼ਨਲ ਨੰਬਰ। ਨੈਕਸਟ ਟਰਮ ਆ ਸਾਡੀ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਕੀ ਹੁੰਦੇ ਆ? ਉਹ ਵਾਲੇ ਸਾਰੇ ਨੰਬਰ ਜਾਂ ਕੋਈ ਵੀ ਇੱਕ ਨੰਬਰ ਚੁੱਕ ਲਓ, ਨੰਬਰ ਗ੍ਰੇਟਰ ਦੈਨ ਵਨ ਹੈਵਿੰਗ ਟੂ ਡਿਸਟਿੰਕਟ ਫੈਕਟਰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ। ਨੰਬਰ ਗ੍ਰੇਟਰ ਦੈਨ ਵਨ ਹੈਵਿੰਗ ਟੂ ਡਿਸਟਿੰਕਟ ਫੈਕਟਰ ਵਨ ਐਂਡ ਇਟਸੈਲਫ। ਉਹ ਕੋਈ ਵੀ ਨੰਬਰ ਜਿਹਦੇ ਕੀ ਹੋਣ? ਦੋ ਫੈਕਟਰ ਹੋਣ, ਦੋ ਡਿਸਟਿੰਕਟ ਫੈਕਟਰ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਟੂ ਲਿਆ, ਟੂ ਦੇ ਦੋ ਡਿਸਟਿੰਕਟ ਫੈਕਟਰ। ਫੈਕਟਰ ਮਤਲਬ ਜਿਹਨਾਂ ਦੇ ਮਲਟੀਪਲ, ਯਾਨੀ ਕਿ ਜਾਂ ਕਹਿ ਦਈਏ ਕਿ ਜਿਹਨਾਂ ਦੇ ਟੇਬਲ ਦੇ ਵਿੱਚ ਉਹ ਆਉਂਦਾ। ਜਿੱਦਾਂ ਟੂ ਟੂ ਕਿਹਦੇ ਟੇਬਲ 'ਚ ਆਉਂਦਾ? ਵਨ ਦੇ ਟੇਬਲ 'ਚ ਵੀ ਆਉਂਦਾ। ਵਨ ਟੂਜ਼ ਆ ਟੂ ਹੁੰਦਾ, ਯਾਨੀ ਕਿ ਵਨ ਵੀ ਕੀ ਹੈ? ਟੂ ਦਾ ਇੱਕ ਫੈਕਟਰ ਆ। ਅਤੇ ਟੂ ਟੂ ਦੇ ਟੇਬਲ 'ਚ ਵੀ ਟੂ ਆਉਂਦਾ, ਟੂ ਵਨਸ ਦਾ ਟੂ, ਟੂ ਵੀ ਕੀ ਆ? ਟੂ ਦਾ ਇੱਕ ਫੈਕਟਰ ਆ। ਇਹਦਾ ਮਤਲਬ ਟੂ ਦੇ ਕਿੰਨੇ ਡਿਸਟਿੰਕਟ ਫੈਕਟਰ ਆ?
1 ਤੇ 2, ਇੱਕ 2 1 ਦੇ ਟੇਬਲ 'ਚ ਆਉਂਦਾ ਅਤੇ ਇੱਕ ਖੁਦ ਦੇ ਟੇਬਲ 'ਚ ਆਉਂਦਾ, ਯਾਨੀ ਕਿ ਇਹਦੇ ਦੋ ਫੈਕਟਰ ਆ, ਇੱਕ 1 ਅਤੇ ਇੱਕ 2, ਮਤਲਬ 1 ਐਂਡ ਇਟਸੈਲਫ, ਉਹ ਖੁਦ ਵੀ ਇਹਦੇ ਵਿੱਚ ਆ ਗਿਆ, ਇਸ ਕਰਕੇ 2 ਕੀ ਹੈ, ਇੱਕ ਪ੍ਰਾਈਮ ਨੰਬਰ ਹੈ। ਬਟ 1 ਨੂੰ ਅਸੀਂ ਕਦੀ ਵੀ ਪ੍ਰਾਈਮ ਨੰਬਰ ਨਹੀਂ ਬੋਲਦੇ। ਕਿਉਂ ਨਹੀਂ ਬੋਲਦੇ? ਕਿਉਂਕਿ ਜਦੋਂ ਅਸੀਂ 1 ਦੇ ਫੈਕਟਰ ਕਰਦੇ ਹਾਂ ਤਾਂ ਉਹਦੇ ਵਿੱਚ 1 ਅਤੇ 1 ਤਾਂ ਹੁੰਦਾ ਹੀ ਹੁੰਦਾ ਆ। ਪ੍ਰਾਈਮ ਨੰਬਰ ਦੀ ਡੈਫੀਨੇਸ਼ਨ ਕਹਿੰਦੀ ਹੈ ਕਿ ਉਹਦੇ ਕੋਲ ਕੀ ਹੋਣੇ ਚਾਹੀਦੇ ਆ, ਦੋ ਡਿਸਟਿੰਕਟ ਫੈਕਟਰ ਹੋਣੇ ਚਾਹੀਦੇ, ਇੱਕ 1 ਅਤੇ ਇੱਕ ਖੁਦ। ਬਟ ਜਦੋਂ 1 ਦੇ ਵਿੱਚ 1 ਲਿਖਾਂਗੇ ਤਾਂ ਇਹ ਦੋਨੇ ਸੇਮ ਹੋ ਗਏ, ਬਟ ਅਸੀਂ ਇੱਥੇ ਕੀ ਮੈਨਸ਼ਨ ਕੀਤਾ ਕਿ ਉਹ ਦੋਨੋਂ ਦੋ ਦੋਨੋਂ ਫੈਕਟਰ ਕੀ ਹੋਣੇ ਚਾਹੀਦੇ ਆ, ਡਿਸਟਿੰਕਟ ਹੋਣੇ ਚਾਹੀਦੇ ਆ। ਡਿਸਟਿੰਕਟ ਮਤਲਬ ਅਲੱਗ ਅਲੱਗ ਹੋਣੇ ਚਾਹੀਦੇ, ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜਾ 1 ਹੈ 1 ਪ੍ਰਾਈਮ ਨੰਬਰ ਨਹੀਂ ਹੁੰਦਾ। ਸਭ ਤੋਂ ਛੋਟਾ ਪ੍ਰਾਈਮ ਨੰਬਰ ਫਿਰ ਕਿਹੜਾ ਹੁੰਦਾ? 2। ਕਈ ਵਾਰੀ ਕੁਐਸਚਨ ਇਹ ਵੀ ਪੁੱਛ ਲੈਂਦੇ ਆ ਕਿ ਸਭ ਤੋਂ ਛੋਟਾ ਪ੍ਰਾਈਮ ਫੈਕਟਰ ਪ੍ਰਾਈਮ ਨੰਬਰ ਕਿਹੜਾ, ਸਭ ਤੋਂ ਛੋਟਾ ਪ੍ਰਾਈਮ ਨੰਬਰ ਫਿਰ ਕਿਹੜਾ ਹੋਇਆ? 2, ਕਿਉਂਕਿ ਪ੍ਰਾਈਮ ਨੰਬਰ ਸਟਾਰਟ ਹੀ ਕਿੱਥੋਂ ਹੁੰਦੇ ਆ? 2 ਤੋਂ ਸਟਾਰਟ ਹੁੰਦੇ ਆ। ਇਸੇ ਤਰ੍ਹਾਂ ਜੇ ਅਸੀਂ 3 ਲਵਾਂਗੇ, 3 ਵੀ ਕੀ ਹੈ, 3 ਦਾ ਵੀ ਫੈਕਟਰ ਇੱਕ 1 ਹੁੰਦਾ ਅਤੇ ਇੱਕ ਕੀ ਹੁੰਦਾ? 3 ਹੁੰਦਾ, ਕਿਉਂਕਿ 3 1 ਦੇ ਟੇਬਲ 'ਤੇ ਵੀ ਆਉਂਦਾ ਅਤੇ ਖੁਦ ਦੇ ਟੇਬਲ 'ਤੇ ਵੀ ਆਉਂਦਾ, ਯਾਨੀ ਕਿ ਇਹਦੇ ਵੀ ਦੋ ਫੈਕਟਰ ਹੋ ਗਏ, ਇੱਕ 1 ਅਤੇ ਇੱਕ ਖੁਦ ਇਟਸੈਲਫ। ਇਸੇ ਤਰ੍ਹਾਂ ਤੁਸੀਂ ਇਗਜ਼ਾਮਪਲ ਲੈ ਸਕਦੇ ਹੋ, 5 ਹੋ ਗਿਆ, 7 ਹੋ ਗਿਆ, ਸੋ ਓਨ, ਜਿਹੜੇ ਖੁਦ ਦੇ ਟੇਬਲ ਦੇ ਵਿੱਚ ਆਉਣ, ਜਾਂ ਕਹਿ ਦਈਏ ਕਿ ਜਿਨ੍ਹਾਂ ਦੇ ਦੋ ਵੈਕਟਰ ਹੋਣ, 1 ਐਂਡ ਇਟਸੈਲਫ। ਨੈਕਸਟ ਸਾਡਾ ਅਗਲੀ ਟਰਮ ਹੈ ਕੰਪੋਜ਼ਿਟ ਨੰਬਰ। ਉਹ ਨੰਬਰ ਕੰਪੋਜ਼ਿਟ ਨੰਬਰ ਹੁਣ ਕੀ ਹੋ ਗਏ? ਪ੍ਰਾਈਮ ਨੰਬਰ ਦੇ ਓਪੋਜ਼ਿਟ। ਕੰਪੋਜ਼ਿਟ ਨੰਬਰ, ਨੰਬਰ ਹੈਵਿੰਗ ਮੋਰ ਦੈਨ 2 ਫੈਕਟਰ। ਹੁਣ ਇੱਕ ਤਾਂ ਨੰਬਰ ਅਸੀਂ ਉਹ ਕੀਤੇ ਆ ਜਿਨ੍ਹਾਂ ਦੇ ਸਿਰਫ 2 ਫੈਕਟਰ ਹੁੰਦੇ ਆ, 1 ਐਂਡ ਇਟਸੈਲਫ। ਇਸ ਤੋਂ ਇਲਾਵਾ ਕਈ ਨੰਬਰ ਇੱਦਾਂ ਦੇ ਵੀ ਹੁੰਦੇ ਹਨ ਜਿਨ੍ਹਾਂ ਦੇ 2 ਤੋਂ ਜ਼ਿਆਦਾ ਫੈਕਟਰ ਹੋ ਜਾਂਦੇ ਆ, ਅਤੇ ਉਹਨਾਂ ਨੂੰ ਫਿਰ ਅਸੀਂ ਕੀ ਬੋਲਾਂਗੇ? ਕੰਪੋਜ਼ਿਟ ਨੰਬਰ। ਫੋਰ ਇਗਜ਼ਾਮਪਲ, ਸਭ ਤੋਂ ਛੋਟਾ ਕੰਪੋਜ਼ਿਟ ਨੰਬਰ ਕੀ ਹੋ ਗਿਆ ਫਿਰ? 4, ਕਿਉਂਕਿ 2 ਤਾਂ ਪ੍ਰਾਈਮ ਨੰਬਰ ਹੀ, 3 ਵੀ ਪ੍ਰਾਈਮ ਨੰਬਰ ਹੀ, ਅਤੇ ਫਿਰ 4 ਤੋਂ ਹੀ ਸਟਾਰਟ ਹੋਏ। 4 ਕਿਉਂ ਸਾਡਾ ਕੰਪੋਜ਼ਿਟ ਨੰਬਰ ਹੈ? ਕਿਉਂਕਿ 4 1 ਦੇ ਟੇਬਲ 'ਤੇ ਆਉਂਦਾ, 2 ਦੇ ਟੇਬਲ 'ਤੇ ਆਉਂਦਾ, ਜਾਂ ਆਪਣੇ ਖੁਦ ਦੇ ਟੇਬਲ 'ਤੇ ਆਉਂਦਾ, ਕਿਉਂਕਿ 4 1s ਆ 4 ਵੀ ਹੁੰਦਾ, 2 2s ਆ 4 ਵੀ ਹੁੰਦਾ, 4 1 1 4s ਆ 4 ਵੀ ਹੁੰਦਾ। ਇਹਦਾ ਮਤਲਬ ਇਹਦੇ ਕਿੰਨੇ ਫੈਕਟਰ ਹੋ ਗਏ? 3 ਫੈਕਟਰ ਹੋ ਗਏ, 1 2 ਔਰ 4। ਇਸੇ ਤਰ੍ਹਾਂ ਤੁਸੀਂ ਹੋਰ ਐਗਜ਼ਾਮਪਲ ਵੀ ਲੈ ਸਕਦੇ ਹੋ। 4 ਤੋਂ ਬਾਅਦ 6, 6 ਕੀ ਹੈ? 1 ਦੇ ਟੇਬਲ 'ਤੇ ਵੀ 6 ਆਉਂਦਾ, 2 ਦੇ ਟੇਬਲ 'ਤੇ ਵੀ ਆਉਂਦਾ, 3 ਦੇ ਟੇਬਲ 'ਤੇ ਵੀ ਆਉਂਦਾ, ਅਤੇ 6 ਦੇ ਟੇਬਲ 'ਤੇ ਵੀ ਆਉਂਦਾ। ਇਹਦਾ ਮਤਲਬ ਕਿ ਇਹਦੇ ਵੀ ਕੀ ਆ, 2 ਤੋਂ ਜ਼ਿਆਦਾ ਫੈਕਟਰ ਹੋ ਗਏ, ਇਸ ਕਰਕੇ 6 ਵੀ ਕੀ ਹੈ? ਇੱਕ ਕੰਪੋਜ਼ਿਟ ਨੰਬਰ ਹੈ। ਇਸੇ ਤਰ੍ਹਾਂ ਅਸੀਂ ਹੋਰ ਵੀ ਐਗਜ਼ਾਮਪਲ ਲੈ ਸਕਦੇ ਹਾਂ। ਇੱਕ ਕੁਐਸਚਨ ਤੁਹਾਡੇ ਕੋਲ ਇਹ ਪੁੱਛ ਸਕਦੇ ਹਨ ਕਿ ਸਭ ਤੋਂ ਛੋਟਾ ਕੰਪੋਜ਼ਿਟ ਫੈਕਟਰ ਕਿਹੜਾ ਹੋਇਆ? ਫਿਰ ਸਭ ਤੋਂ ਛੋਟਾ ਕੰਪੋਜ਼ਿਟ ਫੈਕਟਰ 4। ਇਸੇ ਤਰ੍ਹਾਂ ਅਸੀਂ ਪਹਿਲਾਂ ਇਹ ਕੀਤਾ ਕਿ ਸਭ ਤੋਂ ਛੋਟਾ ਪ੍ਰਾਈਮ ਨੰਬਰ ਕਿਹੜਾ ਆ? ਸਭ ਤੋਂ ਛੋਟਾ ਪ੍ਰਾਈਮ ਨੰਬਰ ਕੀ ਆ? 2। ਸਭ ਤੋਂ ਛੋਟਾ ਕੰਪੋਜ਼ਿਟ ਨੰਬਰ ਕੀ ਆ? 4। ਠੀਕ ਹੈ, ਕਲੀਅਰ ਹੈ? ਉਸ ਤੋਂ ਬਾਅਦ ਨੈਕਸਟ ਸਾਡੀ ਟਰਮ ਹੈ ਰੀਅਲ ਨੰਬਰ, ਜਿਹੜਾ ਸਾਡਾ ਚੈਪਟਰ ਹੈ ਰੀਅਲ ਨੰਬਰ। ਰੀਅਲ ਨੰਬਰ ਫਿਰ ਕੀ ਹੋਏ? ਰੈਸ਼ਨਲ ਪਲੱਸ ਇਰਰੈਸ਼ਨਲ। ਜਦੋਂ ਰੈਸ਼ਨਲ ਨੰਬਰਸ ਅਤੇ ਇਰਰੈਸ਼ਨਲ ਨੰਬਰਸ ਨੂੰ ਅਸੀਂ ਕੰਬਾਈਨ ਕਰ ਲਾਂਗੇ ਅਤੇ ਦੋਨੇ ਤੋਂ ਦੋਨਾਂ ਨੂੰ ਕੰਬਾਈਨ ਕਰਕੇ ਸਾਡਾ ਪੂਰਾ ਦਾ ਪੂਰਾ ਕੀ ਸੈੱਟ ਬਣ ਜਾਂਦਾ ਹੈ? ਰੀਅਲ ਨੰਬਰਸ ਦਾ। ਰੈਸ਼ਨਲ ਨੰਬਰ ਕੀ ਸੀਗੇ? ਸਾਰੇ ਨੰਬਰ ਜਿਨ੍ਹਾਂ ਨੂੰ ਅਸੀਂ P/Q ਫੋਰਮ ਦੇ ਵਿੱਚ ਲੈ ਸਕਦੇ ਹਾਂ, ਤਾਂ ਮੈਂ ਲਾਸਟ 'ਤੇ ਵੀ ਤੁਹਾਨੂੰ ਪਹਿਲਾਂ ਵੀ ਸਮਝਾਇਆ ਕਿ ਸਾਰੇ ਦੇ ਸਾਰੇ ਜਿਹੜੇ ਇੰਟੀਜ਼ਰਸ ਹੁੰਦੇ ਆ ਨਾ, ਉਹ ਰੈਸ਼ਨਲ ਨੰਬਰ ਦੇ ਵਿੱਚ ਹੀ ਆ ਜਾਂਦੇ ਆ, ਕਿਉਂਕਿ ਰੈਸ਼ਨਲ ਨੰਬਰ ਦੀ ਅਸੀਂ ਡੈਫੀਨੇਸ਼ਨ ਦੇ ਵਿੱਚ ਅਸੀਂ ਇਹ ਦੱਸਿਆ ਸੀਗਾ ਕਿ ਰੈਸ਼ਨਲ ਨੰਬਰ ਕੀ ਹੁੰਦੇ ਆ? P/Q ਫੋਰਮ ਦੇ ਵਿੱਚ ਹੁੰਦੇ ਆ, P/Q ਫੋਰਮ ਦੇ ਵਿੱਚ ਹੁੰਦੇ ਆ, ਤਾਂ ਜਿਹੜੇ ਪੀ ਅਤੇ ਕਿਊ ਵੈਲਿਊ ਅਸੀਂ ਦੋਨੋਂ ਦੀਆਂ ਦੋਨੋਂ ਕਿਹੜੀਆਂ ਵੈਲਿਊ ਚੁੱਕਣੀਆਂ ਹੁੰਦੀਆਂ? ਇੰਟੀਜ਼ਰਸ ਵੈਲਿਊ, ਯਾਨੀ ਕਿ ਸਾਰੇ ਦੇ ਸਾਰੇ ਕੀ ਹੋਣੇ ਚਾਹੀਦੇ ਹੋ? ਇੰਟੀਜ਼ਰਸ ਹੋਣੇ ਚਾਹੀਦੇ ਆ। ਅਤੇ ਇਰਰੈਸ਼ਨਲ ਕਿਹੜੇ ਹੋ ਜਾਂਦੇ ਸੀ? ਜਿਹੜੇ ਸਕੇਅਰ ਰੂਟ ਵਾਲੀਆਂ ਟਰਮਸ ਬਚ ਜਾਂਦੀਆਂ, ਇਹ ਸਾਰੀਆਂ ਸਕੇਅਰ ਰੂਟ ਵਾਲੀਆਂ ਟਰਮਸ ਕਿਹਦੇ ਵਿੱਚ ਆ ਜਾਂਦੀਆਂ? ਇਰਰੈਸ਼ਨਲ ਨੰਬਰ 'ਤੇ। ਲਾਸਟ 'ਤੇ ਅਸੀਂ ਕੰਕਲੂਡ ਕਰਾਂਗੇ ਕਿ ਅਸੀਂ ਕੀ ਪੜਿਆ। ਸਭ ਤੋਂ ਛੋਟੇ ਕੀ ਸੀਗੇ? ਨੈਚੁਰਲ ਨੰਬਰ। ਨੈਚੁਰਲ ਨੰਬਰ ਕਿਤੋਂ ਸਟਾਰਟ ਹੁੰਦੇ ਸੀਗੇ? 1 ਤੋਂ ਸਟਾਰਟ ਹੋ ਗਏ। ਹੋਲ ਨੰਬਰ ਜਿਹੜੇ 0 ਤੋਂ ਸਟਾਰਟ ਹੁੰਦੇ ਸੀਗੇ। ਉਸ ਤੋਂ ਬਾਅਦ ਅਸੀਂ ਕੀ ਪੜਿਆ? ਇੰਟੀਜ਼ਰਸ। ਇੰਟੀਜ਼ਰਸ ਨੂੰ ਅਸੀਂ ਜੈਡ ਨਾਲ ਕਈ ਵਾਰੀ ਲਿਖਦੇ ਹੁੰਦੇ ਹਾਂ ਕਿ ਇੰਟੀਜ਼ਰਸ ਆ ਗਏ। ਉਸ ਤੋਂ ਬਾਅਦ ਕੀ ਆ ਗਏ? ਸਾਡੇ ਰੀਅਲ ਨੰਬਰ। ਰੀਅਲ ਨੰਬਰ ਕਿਉਂ? ਕਿਉਂਕਿ ਰੀਅਲ ਦੇ ਵਿੱਚ ਕੀ ਆਉਂਦੇ ਸੀ? ਸਾਡੇ ਰੈਸ਼ਨਲ ਵੀ ਆ ਜਾਂਦੇ ਸੀ ਅਤੇ ਇਰਰੈਸ਼ਨਲ ਵੀ ਆ ਜਾਂਦੇ ਸੀ। ਇੰਟੀਜ਼ਰਸ ਦੇ ਵਿੱਚ ਹੀ ਸਾਡੇ ਕੀ ਪਏ ਹੋਏ ਆ? ਰੈਸ਼ਨਲ। ਇੰਟੀਜ਼ਰਸ ਦੇ ਵਿੱਚ ਸਾਰੀਆਂ ਸਾਡੀਆਂ ਕਿਹੜੀਆਂ ਵੈਲਿਊ ਪਈਆਂ ਹੋਈਆਂ? ਰੈਸ਼ਨਲ ਵੈਲਿਊਜ਼। ਅਤੇ ਇਸੇ ਕਰਕੇ ਰੀਅਲ ਜਿਹੜਾ ਆ ਓਵਰਆਲ ਸਾਰਿਆਂ ਨੂੰ ਕੰਟੇਨ ਕਰਦਾ, ਕਿਉਂਕਿ ਨੈਚੁਰਲ ਨੰਬਰ ਵੀ ਸਾਡੇ ਰੈਸ਼ਨਲ ਦੇ ਵਿੱਚ ਆ ਜਾਂਦੇ ਆ, ਹੋਲ ਨੰਬਰ ਵੀ ਸਾਡੇ ਰੈਸ਼ਨਲ ਦੇ ਵਿੱਚ ਆ ਜਾਂਦੇ। ਇੰਟੀਜ਼ਰਸ ਵੈਲਿਊਜ਼ ਤਾਂ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਕਿਹਦੇ ਵਿੱਚ ਆ ਜਾਂਦੀਆਂ? ਰੈਸ਼ਨਲ ਦੇ ਵਿੱਚ ਆ ਹੀ ਜਾਂਦੀਆਂ ਹਨ। ਉਸ ਤੋਂ ਬਾਅਦ ਰੀਅਲ, ਰੀਅਲ ਨੂੰ ਅਸੀਂ ਕੀ ਕਿਹਾ ਕਿ ਜਿਹੜੇ ਸਾਰੇ ਦੇ ਸਾਰੇ ਰੈਸ਼ਨਲ ਨੰਬਰ ਹੈ ਪਲੱਸ ਇਰਰੈਸ਼ਨਲ ਨੰਬਰ ਆ, ਜਦੋਂ ਉਹਨਾਂ ਦੋਨਾਂ ਨੂੰ ਕੰਬਾਈਨ ਕਰ ਦਈਏ ਤਾਂ ਸਾਡੀ ਵੱਡੀ ਟਰਮ ਕੀ ਬਣ ਜਾਂਦੀ ਹੈ? ਰੀਅਲ ਨੰਬਰ। ਥੈਂਕਸ ਫੋਰ ਵਾਚਿੰਗ, ਪਲੀਜ਼ ਸ਼ੇਅਰ, ਲਾਈਕ ਐਂਡ ਸਬਸਕ੍ਰਾਈਬ।